ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ, ਤੁਧਿਆ ਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਕੰਦਨ, ਅਮਰਦਾਸ ਗੁਰ ਹਿਰਦੇ ਧਿਆਓ ਸ੍ਰੀ ਗੁਰੂ ਰਾਮਦਾਸ ਗੁਣ ਗਾਓ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਹਰ ਗੋਬਿੰਦ ਸੁਮਿਤ ਪ੍ਰਕਾਸ਼ਕ,
ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਬਣਾਓ ਬੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ, ਤਰੋਂ ਤਰਾ ਤਰ ਪੁਨ ਪੁਨ ਸੀਸਾ, ਬੰਦੋ ਵਾਰ ਵਾਰ ਜਗਦੀਸਾ। ਮੇਰੀ ਨਮਸ਼ਕਾਰ ਗੁਰਦੇਵ ਨੂੰ, ਚਰਨਾਂ ਤੇ ਸੀਸ ਰੱਖ ਕੇ ਨਮਸ਼ਕਾਰ ਗੁਰਦੇਵ ਨੂੰ, ਚਰਨਾਂ ਤੇ ਸੀਸ ਰੱਖ ਕੇ ਮੇਰੀ ਚਰਨਾਂ ਤੇ ਸੀਸ ਰੱਖ ਚਰਨਾਂ ਤੇ ਸੀਸ ਰੱਖ ਨਮਸ਼ਕਾਰ ਬਾਜਾਂ ਵਾਲੇ ਨੂੰ ਕਾਰ, ਕਲਗੀਆਂ ਵਾਲੇ ਨੂੰ ਕਾਰ, ਪੁੱਤਰਾਂ ਦੇ ਦਾਨੀ ਨੂੰ ਚਰਨਾਂ ਤੇ ਸੀਸ ਰੱਖ ਕੇ ਮੇਰੀ ਨਮਸ਼ਕਾਰ ਗੁਰਦੇਵ ਨੂੰ, ਚਰਨਾਂ ਤੇ ਸੀਸ ਰੱਖ ਕੇ ਮੇਰੀ ਚਰਨਾਂ ਤੇ ਸੀਸ ਰੱਖ ਚਰਨਾਂ ਤੇ ਸੀਸ ਰੱਖ ਨਮਸ਼ਕਾਰ ਗੁਰ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਸੀਸ ਰੱਖ ਬੋਲੋ ਨੀਵੇਂ ਬੋਲੋ ਚਰਨਾਂ ਤੇ ਜੀ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਚਰਨਾਂ ਤੇ ਜੀ ਸੀਸ ਰੱਖ ਚਰਨਾਂ ਤੇ ਜੀ ਵਾਹਿਗੁਰੂ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਜੀ ਸੀਸ ਰੱਖ ਕੇ ਚਰਨਾਂ ਤੇ ਜੀ
ਨਮਸਕਾਰ ਗੁਰਦੇਵ ਨੂੰ, ਚਰਨਾਂ ਤੇ ਸੀਸ ਰੱਖ ਕੇ ਮੇਰੀ ਨਮਸਕਾਰ, ਬਾਜਾਂ ਵਾਲੇ ਨੂੰ ਚਰਨਾਂ ਤੇ ਸੀਸ ਰੱਖ ਕੇ। ਨਮਸਕਾਰ ਗੁਰਦੇਵ ਨੂੰ ਚਰਨਾਂ ਤੇ, ਤੁਦੇ ਆਗੇ ਅਰਦਾਸ ਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ, ਕੋਈ ਨਾ ਉਹ ਨਾ ਜਾਣੇ, ਕੋਈ ਨਾ ਉਹ ਨਾ ਜਾਣੇ। ਸਤਿਗੁਰ ਦਾ ਤੇ ਕਾਜ ਰਚਾਇਆ, ਸਤਿਗੁਰ ਦਾ ਤੇ ਕਾਜ ਰਚਾਇਆ, ਆਪਣੀ ਮੇਰ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਆਪ ਸਵਾਰੇ, ਆਪ ਸਵਾਰੇ, ਦਾਸਾਂ ਕਾਰਜ ਆਪ ਸਵਾਰੇ, ਏ ਉਸ ਦੀ ਵਡਿਆਈ, ਏ ਉਸ ਦੀ ਵਡਿਆ, ਏ ਉਸ ਦੀ ਵਡਿਆ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਰਮਾਈ ਭਾਈ ਵੀਰ ਬਜ਼ੁਰਗ ਸਰਵ ਨਾਨਕ ਨਾਮ ਲੇਵਾ, ਸਰਵ ਧਰਮਾਂ ਕੇ ਸੁਨੇਹੀਓ, ਸਰਵ ਸਤਸੰਗੀਓ, ਸਰਵ ਗੁਰੂ ਪਿਆਰਿਓ, ਗੁਰੂ ਸਵਾਰਿਓ, ਗੁਰੂ ਪਾਤਸ਼ਾਹ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮਿੱਠੀ ਗੋਦ ਵਿੱਚ ਸੱਜ ਬੈਠੇ ਹੋ ਤਾਂ ਤੇ ਆਓ, ਸਭ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੀਸ ਨਿਵਾਓ, ਰਸਨਾ ਨੂੰ ਪਵਿੱਤਰ ਕਰੋ, ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰ ਦਾ ਤੇ ਕਾਜ ਰਚਾਇਆ। ਰਾਮਗੜੀਆ ਸਭਾ ਸਾਧ ਸੰਗਤ ਇਸ ਭਵਨ ਦੇ ਵਿੱਚ ਇਹ ਸਮੂਹ ਸਭਾ ਦਾ ਉਪਰਾਲਾ ਹੈ। ਸਤਿਗੁਰ ਦਾ ਤੇ ਕਾਜ ਰਚਾਇਆ, ਕੀ ਕਾਰਜ ਰਚਾਇਆ ਹੈ ਸਤਸੰਗਤ ਦਾ, ਕੀ ਕਾਰਜ ਰਚਾਇਆ ਹੈ, ਆਵਾਜ਼ ਖੋਲ ਦਾ ਥੋੜ੍ਹੀ, ਕੀ ਕਾਰਜ ਰਚਾਇਆ, ਇਹ ਕੀਰਤਨ ਭਗਤੀ ਦਾ ਕਾਰਜ ਰਚਾਇਆ, ਸਤਿਗੁਰ ਦਾ ਤੇ ਕਾਰਜ ਰਚਾਇਆ, ਆਪਣੀ ਮਿਹਰ ਕਰਾਈ, ਆਪਣੀ ਕਿਰਪਾ ਦੇ ਨਾਲ ਇਹ ਕਾਰਜ ਰਚਾਇਆ, ਦਾਸਾਂ ਕਾਰਜ ਆਪ ਸਵਾਰੇ, ਇਹ ਉਸਦੀ ਵਡਿਆਈ। ਸਾਧ ਸੰਗਤ ਆਓ,
ਕਾਫੀ ਸਮੇਂ ਤੋਂ ਅੱਜ ਪੰਜਵਾਂ ਅਤੇ ਆਖਰੀ ਦੀਵਾਨ ਹੈ। ਸਭ ਸੰਗਤ ਨੇ ਚਾਰੋਂ ਦਿਨ ਬੜਾ ਆਨੰਦ ਮਾਣਿਆ। ਸਤਿਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ ਸੰਗਤਾਂ 'ਤੇ। ਸੰਗਤਾਂ ਬੜੀ ਦੂਰੋਂ ਚੱਲ ਕੇ ਆਈਆਂ, ਅੱਜ ਵੀ ਸੰਗਤਾਂ ਆ ਰਹੀਆਂ ਨੇ ਕਾਫੀ। ਇਸ ਕਰਕੇ ਬੇਨਤੀ ਹੈ ਭਾਈ, ਅੱਜ ਆਖਰੀ ਕੀਰਤਨ ਹੈ, ਮਹਾਂਪੁਰਖ ਵੀ ਪਹੁੰਚਣ ਵਾਲੇ ਨੇ, ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਤੋਂ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਦਾਤ ਹੈ। ਤਾਂ ਤਾਂ ਆਓ ਫਟਾਫਟ ਗੁਰੂ ਮਹਾਰਾਜ ਨੂੰ ਸੀਸ ਨਿਵਾ ਕੇ ਬਹਿ ਜਾਓ ਅਤੇ ਆਨੰਦ ਮਾਣੋ। ਤੋ ਸਾਧ ਸੰਗਤ ਆਓ, ਪੰਜ ਦਿਨ ਅੱਜ ਆਖਰੀ ਦੀਵਾਨ ਹੈ। ਕਈ ਤਾਂ ਸਾਧ ਸੰਗਤ ਆ ਖੰਨੇ ਦੇ ਵਿੱਚ ਰਹਿੰਦੇ ਹੋਏ ਨਹੀਂ ਆਏ, ਕਈ ਸਾਧ ਸੰਗਤ ਕੋਈ 8-8 ਕਿਲੋਮੀਟਰ, ਕੋਈ 10-10 ਕਿਲੋਮੀਟਰ, ਕੋਈ 50-50 ਕਿਲੋਮੀਟਰ ਤੋਂ ਵੀ ਆ ਗਿਆ। ਆਖੋ ਸਤਨਾਮ। ਪਰ ਸਾਧ ਸੰਗਤ ਇਹ ਯਾਦ ਰੱਖਣਾ, ਗੁਰੂ ਪਾਤਸ਼ਾਹ ਦੀ ਬਾਣੀ ਨੇ ਪਤਾ ਕੀ ਕਿਹਾ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਮੁੜ ਮੁੜ ਆਉਣਗੀਆਂ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਮੁੜ ਮੁੜ ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੂੰ ਮੁੜ ਕੇ ਨਹੀਂ ਆਉਣਾ। ਆਓ ਸਾਧ ਸੰਗਤ ਜੀ, ਸਮਾਂ ਤੇ ਸਾਧ ਸੰਗਤ, ਕੱਲ ਦਾ ਦਿਨ ਵੀ ਆਜੂ, ਕੀ ਪਤਾ ਮਹਾਰਾਜ ਦੀ ਕਿਰਪਾ ਹੋ ਗਈ ਜੇ, ਪਰ ਆ ਸਤ ਸੰਗਤ ਮੁੜ ਕੇ ਨਹੀਂ ਮਿਲਣਾ। ਆਖੋ ਸਤਨਾਮ। ਤੋ ਸਾਧ ਸੰਗਤ, ਸਮਾਂ ਸੰਭਾਲੋ। ਕਈ ਤੇ ਖੰਨੇ ਦੇ ਵਿੱਚ ਹੀ ਸੌਂਗੇ, ਕਹਿੰਦੇ ਕੀ ਕਰਨਾ ਜਾ ਕੇ। ਕਈ ਆਏ ਵੀ ਸਤਸੰਗਤ ਤੁਰ ਕੇ, ਆ ਪਿੰਡਾਂ ਦੇ ਵਿੱਚ ਟਰਾਲੀਆਂ ਆਉਂਦੀਆਂ ਨੇ ਨਾ, ਆਈਆਂ ਆ ਕੇ ਕਿਹਾ ਬਈ ਚਲੋ ਖੰਨੇ 'ਚ ਸੰਤ ਬਾਬਾ ਸਰੂਪ ਸਿੰਘ ਜੀ ਆਏ ਨੇ, ਚਲੀਏ ਕੁਛ ਲਾਹਾ ਖੱਟੀਏ, ਘਰ ਦੇ ਵਿੱਚ ਵੀ ਸੌਣਾ ਹੀ ਹੈ, ਚਲੋ ਚਲੀਏ। ਉਹ ਸਾਧ ਸੰਗਤ ਘਰ ਦੇ ਮੂਹਰੋਂ ਦੀ ਟਰਾਲੀ ਨੰਗੀ, ਪਰ ਕਈ ਆ ਵੀ ਗਏ, ਇੱਥੇ ਤੱਕ ਪਹੁੰਚ ਗਏ, ਪਰ ਪਹੁੰਚ ਕੇ ਸਾਧ ਸੰਗਤ ਗੁਰੂ ਦੇ ਦਰਬਾਰ ਨਹੀਂ ਪਹੁੰਚ ਸਕੇ। ਆਖੋ ਸਤਨਾਮ। ਗੁਰੂ ਦੇ ਦਰਬਾਰ ਵੀ ਕਈ ਆ ਜਾਂਦੇ ਨੇ, ਉਹ ਪਹੁੰਚ ਗਏ ਗੁਰੂ ਦੇ ਦਰਬਾਰ, ਪਰ ਸਾਧ ਸੰਗਤ ਕਰਮ ਥੋੜੇ ਚੰਗੇ ਸੀ, ਉਹ ਬਹਿ ਨਹੀਂ ਸਕੇ। ਆਖੋ ਸਤਨਾਮ। ਥੋੜੀ ਦੇਰ ਬੈਠੇ ਚੱਲ ਗਏ, ਕੁਛ ਸੁਣਿਆ ਨਹੀਂ, ਮਨ ਨਹੀਂ ਕੀਤਾ, ਪਰ ਗੱਲ ਸੁਣ, ਪੱਥਰ ਜਿੰਨੀ ਦੇਰ ਪਾਣੀ ਵਿੱਚ ਉਨੀ ਦੇਰ ਤੇ ਠੰਡਾ ਹੈ। ਇਸੇ ਤਰ੍ਹਾਂ ਮਨਮੁੱਖ ਜਦੋਂ ਤੱਕ ਬਾਣੀ ਪੜ੍ਹਦਾ ਹੈ ਉਦੋਂ ਤੱਕ ਇਹਦਾ ਮਨ ਠੰਡਾ ਰਹਿੰਦਾ ਹੈ। ਆਖੋ ਸਤਨਾਮ। ਪਰ ਸਾਧ ਸੰਗਤ ਦੇਖੋ, ਆਹ ਗੁਰਬਾਣੀ ਨੇ ਪਤਾ ਕੀ ਮੋਹਰ ਲਾਤੀ ਹੈ, ਕਹਿੰਦੇ ਰੁੱਤਾਂ ਤੇ ਆ ਜਾਣੀਆਂ, ਮਾਘ ਆ ਗਿਆ, ਮਾਘ ਗਿਆ, ਆਹ ਸਾਧ ਸੰਗਤ ਆ ਵਿਸਾਖੀ ਦਾ ਦਿਹਾੜਾ ਵੀ ਆ ਗਿਆ, ਚੇਤ ਆ ਗਿਆ, ਕਿੰਨੀ ਰੁੱਤਾਂ, ਜਨਵਰੀ ਤੋਂ ਦਸੰਬਰ 2005 ਤੋਂ 6 ਆ ਗਿਆ। ਪਰ ਸਾਧ ਸੰਗਤ ਕਿਤੇ ਇਹ ਵੀ ਭਰੋਸਾ ਕਿ ਅੱਜ ਅਸੀਂ ਕੱਲ ਅਸੀਂ ਰਹਿਣਾ ਕਿ ਨਹੀਂ ਰਹਿਣਾ, ਇਹ ਭਰੋਸਾ ਹੈ ਕਿਸੇ ਨੂੰ? ਸਤਿਗੁਰ ਪਾਤਸ਼ਾਹ ਦੀ ਬਾਣੀ ਕਹਿ ਰਹੀ ਹੈ, ਗੁਰਸਿੱਖਾ ਲਾਹਾ ਖੱਟ ਲੈ, ਈਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ। ਇਸ ਜ਼ਿੰਦਗੀ ਦਾ
ਇਸ ਜ਼ਿੰਦਗੀ ਦਾ ਕੀ ਪਰਵਾਸਾ ਜਿੱਦਾਂ ਪਾਣੀ ਵਿੱਚ ਪਤਾਸਾ ਇਸ ਜ਼ਿੰਦਗੀ ਦਾ ਕੀ ਪਰਵਾਸਾ ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦਾ ਮੈਲ ਵਾਦੀਆਂ ਨੀਹਾਂ ਨਾ ਏ ਕੋਲਾ ਨਾ ਏ ਮਾਸਾ ਜ਼ਿੰਦਗੀ ਦਾ ਕੀ ਭਰੋਸਾ ਅੱਜ ਦੀ ਨਾ ਆ ਕੱਲ ਆਵੇ ਕੇ ਨਾ ਆਵੇ ਅੱਗ ਦਾ ਮੈਲ ਹਵਾ ਦੀਆਂ ਨੀਹਾਂ ਨਾ ਏ ਕੋਲਾ ਨਾ ਏ ਮਾਸਾ ਜ਼ਿੰਦਗੀ ਬਣੀ ਹੈ ਖੇਲ ਤਮਾਸਾ ਇੱਕ ਦਰ ਰੋਣਾ ਇੱਕ ਦਰ ਆਸਾ ਮੌਤ ਬਣੀ ਜ਼ਿੰਦਗੀ ਨੂੰ ਕਹਾਣੀ ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ ਜਿਵੇਂ ਹੜ੍ਹ ਦਾ ਪਾਣੀ ਹੈ ਉੱਦਾਂ ਸਾਧ ਸੰਗਤ ਜ਼ਿੰਦਗੀ ਵੀ ਹੌਲੀ ਹੌਲੀ ਕਿਸੇ ਦਿਨ ਮੁੱਕ ਜਾਣੀ ਆਖੋ ਸਤਨਾਮ ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਜ਼ਿੰਦਗੀ ਬਣੀ ਜ਼ਿੰਦਗੀ ਬਣੀ ਮੁਸਾਫਿਰ ਖਾਨਾ ਜੋ ਆਇਆ ਸੋ ਜਾਣਾ ਆਓ ਸਾਧ ਸੰਗਤ ਜੀ ਲਾ ਖੱਟੋ ਕਿਉਂਕਿ ਪਤਾ ਕੀ ਗੱਲ ਹੈ ਇਹ ਰੌਣਕ ਦੋ ਕੜੀਆਂ ਰੌਣਕ ਦੋ ਕੜੀਆਂ ਜਾਣਾ ਵਿਛੜ ਪਿਆਰੇ ਮੇਲਾ ਰੌਣਕ ਦੋ ਕੜੀਆਂ ਜਾਣਾ ਵਿਛੜ ਪਿਆਰੇ ਮੇਲਾ ਬੋਲੋ ਸਾਰੇ ਜਾਣਾ ਵਿਛੜ ਪਿਆਰੇ ਮੇਲਾ ਰੌਣਕ ਦੋ ਕੜੀਆਂ ਵਿਛੜੇ ਪਿਆਰੇ ਮੇਲਾ ਵਿਛੜੇ ਪਿਆਰੇ ਮੇਲਾ ਵਿਛੜੇ ਪਿਆਰੇ ਮੇਲਾ ਜਾਣਾ ਵਿਛੜੇ ਪਿਆਰੇ ਮੇਲਾ ਹੋ ਵਿਛੜੇ ਪਿਆਰੇ ਮੇਲਾ ਵਿਛੜ ਪਿਆਰੇ ਮੇਲਾ ਜਾਣਾ ਵਿਛੜ ਪਿਆਰੇ ਏ ਰੌਣਕ ਦੋ ਕੜੀਆਂ ਰੌਣਕ ਦੋ ਕੜੀਆਂ ਰੌਣਕ ਦੋ ਕੜੀਆਂ ਜਾਣਾ ਵਿਛੜ ਪਿਆਰੇ ਮੇਲਾ ਰੌਣਕ ਦੋ ਕੜੀਆਂ ਜਾਣਾ ਵਿਛੜ ਪਿਆਰੇ ਮੇਲਾ ਜਾਣਾ ਵਿਛੜੇ ਪਿਆਰੇ ਮੇਲਾ ਦੋ
ਦੋ ਕੜੀਆਂ ਜਾਣਾ ਵਿੱਚ ਪਿਆਰੇ ਓ ਮੇਲਾ, ਜਾਣਾ ਵਿਛੜੇ ਪਿਆਰੇ। ਆਓ ਸਾ ਸੰਗਤ ਕਰੀਏ ਅਰਦਾਸਾਂ ਮਹਾਰਾਜ ਨੂੰ, ਹੁੰਦੇ ਰਹਿਣ ਸੰਗਤਾਂ ਦੇ ਮੇਲੇ ਇਹੋ ਕੈਰ ਮੰਗਾ ਵਾਹਿਗੁਰੂ, ਹੁੰਦੇ ਰਹਿਣ ਪਿਆਰਿਆਂ ਦੇ ਮੇਲੇ ਇਹ ਮੰਗ ਮੰਗਾ ਵਾਹਿਗੁਰੂ। ਕਰੋ ਅਰਦਾਸਾਂ ਸਾਰੇ, ਕਰ ਮੰਗਾਵਾ ਗੁਰੂ। ਕਰ ਮੰਗਾ ਰਹਿਣ, ਕਰ ਮੰਗਾਵਾ ਗੁਰੂ। ਵੇਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ। ਕਿਸੇ ਦੇ ਮਨ ਵਿੱਚ ਐਸੀ ਵੀ ਚਾਉ ਆ? ਆਓ ਸਾਧ ਸੰਗਤ ਜੀ, ਬੜਾ ਆਨੰਦ ਆਇਆ, ਪੰਜੋ ਦਿਨ ਬੜੀ ਸੇਵਾ ਕੀਤੀ। ਆਓ ਅੱਜ ਲਾਸਟ ਦਿਨ ਹੈ ਅਰਦਾਸਾਂ ਕਰਨੀਆਂ ਮਹਾਰਾਜ। ਜੇ ਕਿਤੇ ਸੇਵਾ ਵਿੱਚ ਭੁੱਲ ਹੋ ਗਈ ਹੋਵੇ ਮਾਫ਼ ਕਰ ਦੇਣਾ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸੁਆਰੇ ਇਹ ਉਸਦੀ ਵਡਿਆਈ। ਆਓ ਕਿਤੇ ਗੁਰੂ ਵਾਲੇ ਬਣ ਕੇ ਤਾਂ ਦੇਖੋ, ਚਾਰੋ ਦਿਨ ਇਹ ਵਿਚਾਰ ਚੱਲੀ ਹੈ। ਆਪਾਂ ਗੁਰੂ ਵਾਲੇ ਬਣਦੇ ਨਹੀਂ ਸਾਧ ਸੰਗਤ, ਆਪਾਂ ਮਾਪਿਆਂ ਦੇ ਬਣ ਗਏ, ਆਪਣੇ ਮਿੱਤਰਾਂ ਦੇ ਬਣ ਗਏ, ਸਾਥੀਆਂ ਦੇ ਬਣ ਗਏ। ਸਾਧ ਸੰਗਤ ਉਹਨਾਂ ਦੇ ਬਣ ਗਏ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦੇਣਾ, ਸਾਧ ਸੰਗਤ ਉਹਨਾਂ ਦੇ ਬਣ ਗਏ। ਆਪਾਂ ਕੰਪਲੀਟ ਸਰੈਂਡਰ ਕਰਤੇ ਆ, ਪਰ ਕਦੀ ਗੁਰੂ ਨੂੰ ਵੀ ਸਰੈਂਡਰ ਕੀਤਾ? ਮਹਾਰਾਜ ਲਓ ਅੱਜ ਤੋਂ ਮੈਂ ਤੁਹਾਡਾ। ਕਰੋ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾ, ਇੱਦਾਂ ਜਿੱਦਾਂ ਸਾਰੀ ਸੰਗਤ ਬੈਠੀ ਇਸ ਤਰ੍ਹਾਂ ਮਹਿਲ ਸਜਿਆ, ਮਹਿਲ ਸਜਿਆ ਅਤੇ ਸਾਧ ਸੰਗਤ ਉੱਥੇ ਨਾ ਸੰਗਤਾਂ ਆਣ ਅਤੇ ਭਾਈ ਜੋਗਾ ਨਿੱਕੀ ਜਿਹੀ ਉਮਰ ਚੋਲਾ ਪਾਇਆ ਗੁਰੂ ਦਾ ਬਾਣਾ, ਕਿੰਨੇ ਸੋਹਣੇ ਲੱਗਦੇ ਨੇ। ਪਰ ਅੱਜ ਸਾਧ ਸੰਗਤ ਲਿਖਿਆ ਖਾਲਸਾ ਕਾਲਜ, ਲਿਖਿਆ ਗੁਰੂ ਨਾਨਕ ਦੇਵ ਜੀ ਕਾਲਜ, ਸਾਧ ਸੰਗਤ ਲਿਖਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਲਜ, ਪਰ ਅੰਦਰ ਗੁਰੂਆਂ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਆਖੋ ਸਤਨਾਮ। ਉਹ ਸਾਧ ਸੰਗਤ ਆਪਣੇ ਬੰਦਿਆਂ ਨੇ ਭਈਏ ਲਾ ਲਏ ਖੇਤਾਂ ਵਿੱਚ, ਅਤੇ ਆਪਣੇ ਜਿਹੜੇ ਵੀਰ ਸੀ ਉਹ ਵੀ ਉਹਨਾਂ ਭਈਆਂ ਵਰਗੇ ਬਣ ਗਏ ਜਿਹੜੇ ਬਿਹਾਰ ਤੋਂ ਆਏ ਸੀ। ਪਤਾ ਹੀ ਨਹੀਂ ਚੱਲਦਾ ਕਿ ਇਹ ਭਈਆਂ ਦਾ ਮੁੰਡਾ ਕੀ ਸਿੱਖਾਂ ਦਾ, ਪਤਾ ਹੀ ਨਹੀਂ ਚੱਲਦਾ ਕੀ ਹਾਲ ਹੋ ਗਿਆ ਭਾਈ, ਗੁਰੂ ਦੀ ਕਮਾਈਆਂ ਨੂੰ ਭੁੱਲ ਗਏ। ਇਹ ਸਾਧ ਸੰਗਤ ਚੇਤਨਾ ਸਮਾਗਮ ਹੁੰਦੇ ਨੇ ਆ ਜਿਹੜੇ ਵੱਡੇ ਵੱਡੇ ਹੁੰਦੇ ਨੇ ਨਾ, ਐਸੇ ਉਪਰਾਲੇ ਕਰਦੇ ਰਿਹਾ ਕਰੋ। ਜੇ ਵੱਧ ਨਹੀਂ ਤਾਂ ਸਾਧ ਸੰਗਤ ਕੋਈ ਨਾ ਕੋਈ ਤਾਂ ਗੁਰੂ ਦਾ ਸਾਧ ਸੰਗਤ ਬਣੇਗਾ ਹੀ, ਕੋਈ ਨਾ ਕੋਈ ਤਾਂ ਅੰਮ੍ਰਿਤ ਛਕੇਗਾ ਹੀ। ਐਸੇ ਉਪਰਾਲੇ ਕਰਨੇ ਚਾਹੀਦੇ ਨੇ। ਭਾਈ ਜੋਗਾ ਨਿੱਕੀ ਜਿਹੀ ਉਮਰ ਬਾਲਕ ਅਵਸਥਾ ਬਾਣਾ ਪਾਇਆ, ਕਿੰਨਾ ਸੋਹਣਾ ਲੱਗਿਆ ਗੁਰੂ ਮਹਾਰਾਜ ਨੂੰ, ਸੀਸ ਨਿਵਾਇਆ ਅਤੇ ਮਹਾਰਾਜ ਨੇ ਗਲਵਕੜੀ ਵਿੱਚ ਲੈ ਲਿਆ, ਅਤੇ ਸਾਧ ਸੰਗਤ ਦੇਖੋ ਗਲਵਕੜੀ ਵਿੱਚ ਲਿੱਤਾ। ਮਹਾਰਾਜ ਕਹਿੰਦੇ ਭਾਈ ਤੇਰਾ ਕੀ ਨਾਮ ਹੈ? ਕਹਿੰਦਾ ਮਹਾਰਾਜ ਜੀ ਮੇਰਾ ਨਾਮ ਹੈ ਜੋਗਾ। ਅੱਛਾ ਭਾਈ ਤੇਰਾ ਨਾਮ ਜੋਗਾ? ਹਾਂਜੀ ਮਹਾਰਾਜ ਮੈਂ ਜੋਗਾ। ਕਿਹਦੇ ਜੋਗਾ? ਨਿੱਕੀ ਜਿਹੀ ਉਮਰ ਹੈ, ਕਦੀ ਆਪਾਂ ਨਹੀਂ ਕਿਹਾ, ਚਿੱਟੀ ਦਾੜੀਆਂ ਆ ਗਈਆਂ ਹਜੇ ਵੀ ਨਹੀਂ ਕਹਿੰਦੇ। ਕਈ ਤਾਂ ਧਾਗੇ ਤਵੀਤਾਂ 'ਤੇ ਵਿਸ਼ਵਾਸ ਕਰੀ ਜਾਂਦੇ ਨੇ, ਕਈ ਸਾਧ ਸੰਗਤ ਮੜੀਆਂ 'ਤੇ ਦੀਵਾ ਜਗਾਉਂਦੇ ਨੇ। ਭਾਈ ਗੁਰਸਿੱਖੋ ਸਭ ਤੋਂ ਵੱਡਾ
ਸਤਿਗੁਰ ਨਾਨਕ ਉਸ ਤੋਂ ਵੀ ਕੋਈ ਵੱਡਾ ਹੈ। ਸਾਧ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕਿਸੇ ਦੇ ਘਰ ਚੱਲ ਗਏ, ਵਿਚਾਰ ਤੋਂ ਵਿਚਾਰ ਵਧੀ ਜਾਂਦੀ ਹੈ। ਉਹ ਸਾਧ ਸੰਗਤ ਆਪਣੇ ਇਲਾਕੇ ਦਾ ਮਾਲਕ ਸੀ ਅਤੇ 20 ਸਾਲ ਹੋ ਗਏ ਉਹਦੇ ਘਰ ਔਲਾਦ ਨਹੀਂ ਸੀ, ਹਜੇ ਕਿ ਦੋ ਬੇਟੀਆਂ, ਪਰ ਸਾਧ ਸੰਗਤ ਇਹ ਕਹਿੰਦਾ ਮੇਰੇ ਘਰ ਇੱਕ ਪੁੱਤਰ ਵੀ ਹੋਵੇ। ਇਹ ਮਾੜਾ ਕੰਮ ਨਹੀਂ ਕੋਈ ਵੀ ਕਰਦਾ, ਜਿੱਦਾਂ ਸਾਧ ਸੰਗਤ ਹੱਕ ਪਰਾਇਆ ਨਾਨਕਾ, ਉਹ ਸਾਧ ਸੰਗਤ ਠੱਗੀ ਨਹੀਂ ਮਾਰਦਾ, ਦੋ ਨੰਬਰ ਦਾ ਕੰਮ ਕੋਈ ਨਹੀਂ, ਇਮਾਨਦਾਰੀ ਦਾ ਕੰਮ ਹੈ। ਅਤੇ ਸਾਧ ਸੰਗਤ ਦੇਖੋ ਸਾਰੇ ਗੁਰੂਆਂ ਦੀ ਪੂਜਾ ਕਰਦਾ ਹੈ ਹਿੰਦੂ, ਤੋ ਸਾਧ ਸੰਗਤ ਸਾਰਿਆਂ ਦੀ ਪੂਜਾ ਕਰਨੀ ਉਹਨੇ। ਅਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਪਹੁੰਚੇ, ਦੀਵਾਨ ਹੋਇਆ, ਬੜਾ ਆਨੰਦ ਆਇਆ। ਅਤੇ ਸਾਧ ਸੰਗਤ ਜਾ ਕੇ ਸੀਸ ਨੂੰ ਆਇਆ, ਮਹਾਰਾਜ ਸਾਡੇ ਘਰ ਵੀ ਚਰਨ ਪਾਓ। ਚਰਨ ਪਾਏ ਸਾਧ ਸੰਗਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ, ਉਹ ਧਰਤ ਸੁਭਾਅ ਵੀ ਹੋ ਗਈ, ਜਾ ਕੇ ਬੈਠੇ ਦੁੱਖ ਸਾਧ ਸੰਗਤ, ਜਿਵੇਂ ਸਾਡੀ ਆਦਤ ਹੁੰਦੀ ਹੈ, ਕੋਈ ਇੱਦਾਂ ਤਾਂ ਨਹੀਂ ਆਉਂਦਾ ਕਿ ਮਹਾਰਾਜ ਸਾਡੇ ਕੋਲ ਸੁੱਖ ਬਥੇਰੇ ਨੇ, ਤੁਸੀਂ ਥੋੜ੍ਹੇ ਜਿਹੇ ਸਾਡੇ ਲੈ ਲਓ। ਤੁਸੀਂ ਦਿਨ ਰਾਤ ਕਮਾਈਆਂ ਕਰਨੀਆਂ ਹੁੰਦੀਆਂ ਨੇ, ਤੁਸੀਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਕੀਰਤਨ ਕਰਦੇ ਹੋ, ਇੱਦਾਂ ਕਰੋ ਥੋੜ੍ਹੇ ਜਿਹੇ ਸਾਡੇ ਸੁੱਖ ਵੀ ਲੈ ਲਓ, ਕੋਈ ਐਸੀ ਅਰਦਾਸ ਕਰਦਾ ਨਹੀਂ। ਨਹੀਂ ਬਹੁਤੇ ਆਉਂਦੇ ਨੇ, ਕਈ ਕਹਿਣਗੇ ਮਹਾਰਾਜ ਜੀ ਸਾਡੇ ਲੱਕ 'ਚ ਦਰਦ ਹੈ, ਕੋਈ ਕਹਿਣਗੇ ਜੀ ਮਹਾਰਾਜ ਸਾਡਾ ਕੰਮ ਨਹੀਂ ਚੱਲਦਾ, ਕੋਈ ਕਹਿੰਦੇ ਜੀ ਆਹ ਮੁੰਡਾ ਨਹੀਂ ਪੜ੍ਹਦਾ, ਸਾਰੇ ਦੁੱਖ ਲੈ ਕੇ ਆਉਣਗੇ। ਸੁੱਖ ਗੁਰੂ ਦੇ ਕੋਲ ਕੋਈ ਲੈ ਕੇ ਨਹੀਂ ਆਉਂਦਾ, ਸੰਤਾਂ ਦੇ ਕੋਲ ਵੀ ਦੁੱਖ ਲੈ ਕੇ ਆਏ। ਮਹਾਰਾਜ ਜੀ ਮੈਂ ਬੜਾ ਦੁਖੀ ਹਾਂ। ਮਹਾਰਾਜ ਕਹਿੰਦੇ ਭਾਈ ਤੇਰੇ ਕੋਲ ਤਾਂ ਸਭ ਕੁਛ ਹੈ, ਫਿਰ ਵੀ ਦੁਖੀ ਹੈ। ਮਹਾਰਾਜ ਜੀ ਮੇਰੇ ਘਰ ਪੁੱਤਰ ਦੀ ਦਾਤ ਦਿਓ। ਅੱਛਾ ਭਾਈ ਕੀ ਕਮੀ ਹੈ, ਤੇਰੀ ਸੇਵਾ 'ਚ ਕੋਈ ਕਮੀ ਹੈ? ਨਹੀਂ ਮਹਾਰਾਜ, ਮੈਂ ਤਾਂ ਹਰ ਐਤਵਾਰ ਗਰੀਬਾਂ ਨੂੰ ਲੰਗਰ ਛਕਾਉਂਦਾ। ਅੱਛਾ ਭਾਈ ਲੰਗਰ ਛਕਾਉਂਦਾ? ਸਾਧ ਸੰਗਤ ਕਹਿੰਦੇ ਮੈਂ ਲੰਗਰ ਛਕਾਉਂਦਾ, ਮੈਂ ਹਰ ਐਤਵਾਰ ਗਰੀਬਾਂ ਨੂੰ ਕੱਪੜੇ ਵੀ ਦਿੰਦਾ। ਕਹਿੰਦੇ ਫਿਰ ਕਿੱਥੇ ਕਮੀ ਰਹਿ ਗਈ? ਬਾਬਾ ਈਸ਼ਰ ਸਿੰਘ ਮਹਾਰਾਜ ਨੇ ਨੇਤਰ ਬੰਦ ਕੀਤੇ, ਖੋਲ੍ਹੇ, ਫਿਰ ਨੇਤਰ ਖੋਲ੍ਹ ਕੇ ਨਾ ਅੱਜ ਨੇਤਰ ਖੋਲ੍ਹੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ, ਕਹਿੰਦੇ ਭਾਈ ਤੇਰੀ ਪੂਜਾ ਬੜੀ ਹੈ, ਤੇਰਾ ਨਾਮ ਬੜਾ ਹੈ, ਤੂੰ ਸੇਵਾ ਬੜੀ ਕਰਦਾ, ਪਰ ਗੱਲ ਸੁਣ, ਤੇਰੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ, ਤੇਰੇ 'ਚ ਇੱਕ ਕਮੀ ਹੈ, ਤੂੰ ਸਾਰੇ ਗੁਰੂਆਂ ਦੀ ਤਸਵੀਰਾਂ ਫੋਟੋਆਂ ਲਾਈਆਂ ਨੇ, ਪਰ ਜਿਹੜਾ ਇਸ ਯੁੱਗ ਦਾ ਮਾਲਕ ਹੈ ਧੰਨ ਗੁਰੂ ਨਾਨਕ, ਉਹਨਾਂ ਦੀ ਤਸਵੀਰ 'ਤੇ ਕੋਈ ਲਾਈ ਨਹੀਂ। ਆਖੋ ਸਤਨਾਮ ਗੁਰੂ ਨਾਨਕ ਦੇਵ ਮਹਾਰਾਜ। ਸਤਿਯੁਗ ਸੱਤ ਯੁੱਗ ਬਦਲਦੇ ਰਹੇ, ਉਸ ਤਰ੍ਹਾਂ ਗੁਰੂ ਵੀ ਅਵਤਾਰ ਧਾਰ ਕੇ ਆਉਂਦੇ ਰਹੇ, ਅੰਤ ਸਾਧ ਸੰਗਤ ਇਸੇ ਤਰ੍ਹਾਂ ਗੁਰੂ ਵੀ ਅਵਤਾਰ ਧਾਰਨ ਕੀਤੇ, ਅਨੰਤ ਕਲਾਂ ਲੈ ਠਾਕੁਰ ਸਾਧ ਸੰਗਤ ਠਾਕੁਰ ਚੜ੍ਹਿਆ, ਗੁਰੂ ਨਾਨਕ ਦੇਵ ਮਹਾਰਾਜ ਅਨੰਤ ਕਲਾਂ ਲੈ ਕੇ ਆਏ। ਤੋ ਸਾਧ ਸੰਗਤ ਅੱਜ ਕਹਿੰਦੇ ਸਾਰਿਆਂ ਦੀ ਤਸਵੀਰਾਂ ਲਾਈਆਂ, ਭਾਈ ਕਿਤੇ ਗੁਰੂ ਨਾਨਕ ਦੀ ਤਸਵੀਰ ਤਾਂ ਲਾਈ ਨਹੀਂ। ਮਹਾਰਾਜ ਲਓ ਅੱਜ ਹੀ ਲਾ ਦੇਣਾ, ਜਿਸ ਦਿਨ ਖਰੀਦ ਕੇ ਲਾਈ ਭਾਈ ਸਾਰਿਆਂ ਦੀ ਪੂਜਾ ਕਰਦਾ। ਇੱਥੇ ਬੈਠ ਕੇ ਇੱਕ ਰੂਮ ਬਣਾਇਆ ਹੋਇਆ ਸੀ, ਅਲੱਗ ਇੱਕ ਆਪਣਾ ਅਲੱਗ ਰੂਮ ਬਣਾਇਆ, ਸਾਰੇ ਭਗਤਾਂ ਦੀ ਫੋਟੋਆਂ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਲਾਈ, ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਅਤੇ ਸਾਧ ਸੰਗਤ ਆਉਣ ਵਾਲੇ ਸਾਧ ਸੰਗਤ ਦੇਖੋ ਇੱਕ ਸਾਲ ਤੱਕ ਪੁੱਤਰ ਦੀ ਦਾਤ ਹੋ ਗਈ। ਆਖੋ ਸਤਨਾਮ। ਉਹ ਤਾਂ ਦਿੰਦੇ ਨੇ ਪਰ ਸਾਨੂੰ ਲੈਣਾ ਨਹੀਂ ਆਉਂਦਾ, ਗੁਰੂ ਤਾਂ ਆਉਂਦਾ ਸਾਨੂੰ ਬੁਲਾਉਣਾ ਨਹੀਂ ਆਉਂਦਾ, ਉਹ ਤਾਂ ਰੋਟੀ ਛਕਦਾ ਪ੍ਰਸ਼ਾਦਾ ਛਕਦਾ ਪਰ ਸਾਨੂੰ ਛਕਾਉਣਾ ਨਹੀਂ ਆਉਂਦਾ, ਸਾਡੇ ਮਨ ਵਿੱਚ ਪ੍ਰੇਮ ਨਹੀਂ ਹੈਗਾ। ਅਤੇ ਸਾਧ ਸੰਗਤ ਕਹਿੰਦੇ ਕਈ ਤਾਂ ਕਹਿੰਦੇ ਰੱਬ ਆਇਆ ਹੀ ਨਹੀਂ, ਅਤੇ ਕਈ ਕਹਿੰਦੇ ਨੇ ਜੀ ਕਿਹਨੇ ਦੇਖਿਆ ਰੱਬ, ਪਰ ਗੱਲ ਸੁਣੋ, ਲੋਕਾਂ ਨੇ ਰਾਮ ਨੂੰ ਖਿਲਾਉਣਾ ਜਾਣਿਆ, ਕਾਹਨੇ ਰਾਮ ਨੂੰ ਖਿਲਾਉਣਾ ਜਾਣਿਆ, ਕਾਹਨੇ ਰਾਮ ਨੂੰ ਖਿਲਾਉਣਾ ਜਾਣਿਆ।
ਲੋਕਾਂ ਨੇ ਰਾਮ ਦੇ ਲੋਕੀ ਆਖਦੇ ਨੇ ਰੱਬ ਕਦੀ ਆਇਆ ਹੀ ਨਹੀਂ, ਲੋਕੀ ਆਖਦੇ ਨੇ ਖੁਦਾ ਕਦੀ ਆਇਆ ਹੀ ਨਹੀਂ, ਰੱਬ ਲੋਕੀ ਆਖਦੇ ਨੇ ਆਉਣ ਨੂੰ ਤਿਆਰ, ਆਉਣ ਨੂੰ ਤਿਆਰ, ਉਹ ਤਾਂ ਆਉਣ ਨੂੰ ਤਿਆਰ, ਤੂੰ ਬੁਲਾਇਆ ਹੀ ਉਹ ਤਾਂ ਆਉਣ ਨੂੰ ਤਿਆਰ, ਤੂੰ ਬੁਲਾਇਆ ਹੀ ਨਹੀਂ, ਉਹ ਤਾਂ ਆਉਣ ਨੂੰ ਤਿਆਰ, ਤੂੰ ਬੋਲੋ ਯਾਦ ਪਿੱਲੜੀ ਨੇ ਕੀਤਾ, ਪਿੱਲੜੀ ਨੇ ਕੀਤਾ, ਯਾਦ ਪਿੱਲੜੀ ਨੇ ਕੀਤਾ, ਦੱਸੋ ਆਇਆ ਕੇ ਨਹੀਂ, ਯਾਦ ਪਿੱਲੜੀ ਨੇ ਕੀਤਾ, ਦੱਸੋ ਆਇਆ ਕੇ ਨਹੀਂ, ਯਾਦ ਪਿੱਲੜੀ ਨੇ ਕੀਤਾ, ਦੱਸੋ ਯਾਦ ਪਿੱਲੜੀ ਨੇ, ਸਾਧ ਸੰਗਤ ਉਹ ਤੇ ਆਉਣ ਨੂੰ ਤਿਆਰ, ਤੂੰ ਬੁਲਾਇਆ ਹੀ ਨਹੀਂ, ਉਹ ਯਾਦ ਪਿੱਲੜੀ ਨੇ ਕੀਤਾ, ਦੱਸੋ ਸਾਧ ਸੰਗਤ ਆਉਂਦਾ ਪਰ ਸਾਨੂੰ ਭਾਈ ਜੋਗਾ, ਹਾਂ ਭਾਈ ਕਿਹਦੇ ਜੋਗਾ, ਸੱਚੇ ਪਾਤਸ਼ਾਹ ਮੈਂ ਤੇ ਤੇਰੇ ਜੋਗਾ, ਮਹਾਰਾਜ ਕਹਿੰਦੇ ਅੱਛਾ ਭਾਈ ਜੇ ਅੱਜ ਤੋਂ ਤੂੰ ਮੇਰੇ ਜੋਗਾ ਤੇ ਮੈਂ ਵੀ, ਕਦੀ ਕੀਤੀ ਅਰਦਾਸ, ਸਾਧ ਸੰਗਤ ਭਾਈ ਜੋਗੇ ਨੂੰ ਮਹਾਰਾਜ ਕਹਿੰਦੇ ਪੜ੍ਹੋ ਜਰਾ ਅੱਜ ਆਨੰਦ ਬੜਾ, ਮੈਨੂੰ ਆਨੰਦ ਆ ਰਿਹਾ ਅੰਦਰੋਂ, ਸਾਰੇ ਗੱਜ ਵੱਜ ਕੇ ਬੋਲਿਓ, ਸੰਗਤਾਂ ਦਾ ਪ੍ਰੇਮ ਹੀ ਬੜਾ, ਸਾਧ ਸੰਗਤ ਜਦੋਂ ਦੇਖੀਦਾ ਪ੍ਰੇਮ ਵੱਲ ਫਿਰ ਕੀਰਤਨ ਕਰਨ ਦਾ ਵੀ ਸਾਧ ਸੰਗਤ ਮਨ ਕਰਦਾ, ਜਦੋਂ ਕਿਤੇ ਜਾਈਏ ਕਈ ਜਗ੍ਹਾ ਤੇ ਸਾਧ ਸੰਗਤ ਜਿਹਦੇ ਕੀਰਤਨ ਕਰਾਉਣ ਦੇ ਵਿੱਚ ਜਿਹਦਾ ਮਨ ਨਾ ਹੋਵੇ ਫਿਰ ਕੀਰਤਨ ਕਰਨ ਵਾਲੇ ਨੂੰ ਵੀ ਆਨੰਦ, ਜਿਹਦਾ ਸਾਧ ਸੰਗਤ ਕੀਰਤਨ ਕਰਾਉਣ ਦਾ ਕਰਾਉਣ ਨੂੰ ਮਨ ਕਰਦਾ ਕਿ ਹਾਂ ਅਸੀਂ ਕੀਰਤਨ ਕਰਾਈਏ, ਸਾਧ ਸੰਗਤ ਫਿਰ ਉਹਨੂੰ ਸੁਣਨ ਦਾ ਵੀ ਆਨੰਦ ਆਉਂਦਾ, ਫਿਰ ਕਰਨ ਵਾਲੇ ਨੂੰ ਵੀ ਆਨੰਦ ਆਉਂਦਾ। ਆਓ ਸਾਧ ਸੰਗਤ ਭਾਈ ਜੋਗੇ ਨੂੰ ਮਹਾਰਾਜ ਪਤਾ ਕੀ ਕਹਿੰਦੇ, ਭਾਈ ਜੋਗਿਆ ਜੇ ਤੂੰ ਮੇਰੇ ਜੋਗਾ ਹੋਇਆ, ਭਾਈ ਜੋਗਿਆ ਜੇ ਤੂੰ ਮੇਰੇ ਜੋਗਾ ਹੋਇਆ, ਭਾਈ ਜੋਗਿਆ ਭਾਈ ਜੋਗਿਆ ਬੋਲੋ, ਮੈਂ ਵੀ ਤੇਰੇ ਜੋਗਾ ਹੋਇਆ ਜੇ ਤੂੰ ਮੇਰੇ ਜੋਗਾ ਹੋਇਆ, ਜੋਗਾ ਹੋਇਆ ਮੇਰੇ ਜੋਗਾ ਹੋਇਆ,
ਪਾਈ ਜੋਗਿਆ ਪਾਈ ਜੋਗਿਆ ਜੇ ਤੂੰ ਮੇਰੇ ਜੋਗਾ ਹੋਇਆ ਜੋਗਿਆ ਮੇਰੇ ਜੋਗਾ ਹੋਇਆ ਪਾਈ ਪਾਈ ਜੋਗਿਆ ਬੋਲੋ ਸਾਰੇ ਜੇ ਤੂੰ ਮੇਰੇ ਜੋਗਾ ਆਸਾ ਸੰਗਤ ਕਹਿੰਦਾ ਮਹਾਰਾਜ ਮੈਂ ਤੁਹਾਡੇ ਜੋਗਾ ਮਹਾਰਾਜ ਕਹਿੰਦੇ ਜੇ ਤੂੰ ਮੇਰੇ ਜੋਗਾ ਮੈਂ ਵੀ ਤੇਰੇ ਜੋਗਾ ਕੁਛ ਸਮਾਂ ਬੀਤ ਗਿਆ ਜੋਗਾ ਜਵਾਨ ਹੋਇਆ ਘਰਦਿਆਂ ਨੇ ਬੁਲਾ ਲਿਆ ਘਰ ਵਾਲੇ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਮਹਾਰਾਜ ਜੀ ਸਾਡਾ ਪੁੱਤ ਜਵਾਨ ਹੋ ਗਿਆ ਹਰ ਇੱਕ ਮਾਤਾ ਪਿਤਾ ਦੀ ਖੁਆਇਸ਼ ਹੁੰਦੀ ਹੈ ਕਿ ਹੁਣ ਇਹਦਾ ਵਿਆਹ ਕਰ ਦਈਏ ਮਹਾਰਾਜ ਕਹਿੰਦੇ ਅੱਛਾ ਭਾਈ ਜੋਗੇ ਨੂੰ ਪੁੱਛ ਲਓ ਭਾਈ ਜੋਗਾ ਕਹਿੰਦਾ ਮਹਾਰਾਜ ਨੂੰ ਪੁੱਛ ਲਓ ਮਹਾਰਾਜ ਕਹਿੰਦੇ ਭਾਈ ਜੋਗਿਆ ਜਾ ਆ ਮਾਤਾ ਪਿਤਾ ਤੇਰੇ ਵਿਆਹ ਕਰਨਾ ਚਾਹੁੰਦੇ ਨੇ ਭਾਈ ਜੋਗਾ ਚੱਲ ਗਿਆ ਆ ਸਾਧ ਸੰਗਤ ਵਿਆਹ ਦੇ ਕਾਰਜ ਸ਼ੁਰੂ ਹੋ ਗਏ ਹੁਣ ਸਾਧ ਸੰਗਤ ਇੱਥੇ ਪ੍ਰੀਖਿਆ ਪੈਂਦੀ ਹੈ ਸਾਡੀ ਤਾਂ ਪ੍ਰੀਖਿਆ ਮਹਾਰਾਜ ਲੈਂਦੇ ਨਹੀਂ ਪਰ ਸਾਧ ਸੰਗਤ ਦੇਖੋ ਕਿੰਨੀ ਭਾਰੀ ਪ੍ਰੀਖਿਆ ਲਿੱਤੀ ਮਹਾਰਾਜ ਨੇ ਭਾਈ ਮੰਝ ਦੀ ਅਤੇ ਉਹਨੇ ਮੰਗਿਆ ਅਤੇ ਕੀ ਮੰਗਿਆ ਮਹਾਰਾਜ ਜਿਹੋ ਜਿਹੀ ਪ੍ਰੀਖਿਆ ਮੇਰੀ ਲਿੱਤੀ ਇਹੋ ਜਿਹੀ ਪ੍ਰੀਖਿਆ ਕਿਸੇ ਹੋਰ ਸਿੱਖ ਦੀ ਨਾ ਲਿਓ ਆਓ ਮਹਾਰਾਜ ਨੇ ਸਾਨੂੰ ਪ੍ਰੀਖਿਆਵਾਂ ਤੋਂ ਦੂਰ ਕਰਤਿਆ ਜਲ ਧਾਰਿਆਂ ਤੋਂ ਦੂਰ ਕਰਤਿਆ ਪੁੱਠੇ ਲਟਕਣ ਤੋਂ ਉਹ ਸਾਧ ਸੰਗਤ 12-12 ਸਾਲ ਭਗਤੀ ਕਰਨ ਤੋਂ ਦੂਰ ਕਰਤਿਆ ਭਾਈ ਏਕ ਘੜੀ ਆਦੀ ਘੜੀ ਦਾ ਸਿਮਰਨ ਕਰ ਲਈ ਤੇਰਾ ਬੇੜਾ ਪਾਰ ਹੋ ਜਾਏਗਾ ਆਖੋ ਸਤਨਾਮ ਅੱਜ ਮਹਾਰਾਜ ਨੇ ਚਿੱਠੀ ਲਿਖੀ ਭਾਈ ਜੋਗੇ ਨੂੰ ਟੈਸਟ ਦਾ ਵੇਲਾ ਆਇਆ ਅੱਜ ਸਾਧ ਸੰਗਤ ਕਹਿੰਦੇ ਸਿੱਖਾ ਚਿੱਠੀ ਉਸ ਵੇਲੇ ਫੜਾਈ ਜਦੋਂ ਦੋ ਲਾਵਾਂ ਹੋ ਗਈਆਂ ਹੋਣ ਅਤੇ ਦੋ ਲਾਵਾਂ ਹੋਣੀਆਂ ਹੋਣ ਅਤੇ ਹੁਣ ਸਾਧ ਸੰਗਤ ਸਿੱਖ ਪਹੁੰਚਿਆ ਸ਼ੋਰਟਕੱਟ ਹੀ ਵਿਚਾਰ ਅਤੇ ਸਿੱਖ ਪਹੁੰਚਿਆ ਨਾ ਜਦੋਂ ਭਾਈ ਜੋਗਾ ਉੱਥੇ ਬੈਠਾ ਲਾਵਾਂ ਦੇ ਵਿੱਚ ਸਤਿਕਾਰ ਕੀਤਾ ਸਿੱਖ ਦਾ ਬਿਠਾ ਲਿਆ ਕੋਲ ਬਹਿ ਗਿਆ ਹਾਂ ਭਾਈ ਭਾਈ ਜੋਗੇ ਦੀ ਲਾਵਾਂ ਸ਼ੁਰੂ ਹੋ ਗਈਆਂ ਹੁਣ ਦੋ ਲਾਵਾਂ ਹੋਈਆਂ ਅਤੇ ਸਿੱਖ ਨੇ ਚਿੱਠੀ ਫੜਾਈ ਅਤੇ ਸਾਧ ਸੰਗਤ ਮੈਂ ਗੱਲ ਕਰ ਰਿਹਾ ਜੇ ਆਪਾਂ ਗੁਰੂ ਦੇ ਬਣ ਜਾਈਏ ਤਾਂ ਗੁਰੂ ਵੀ ਸਾਡਾ ਬਣ ਜਾਂਦਾ ਆਓ ਅੱਜ ਤੋਂ ਗੁਰੂ ਧਾਰਨ ਕਰੀਏ ਜਿੱਥੇ ਵੀ ਅੰਮ੍ਰਿਤ ਛਕਣ ਨੂੰ ਮੌਕਾ ਮਿਲੇ ਛਕੀਏ ਗੁਰੂ ਵਾਲੇ ਬਣੀਏ ਜੇ ਪੰਜ ਦੀਵਾਨ ਦੇ ਬਾਅਦ ਵੀ ਜੇ ਰੰਗ ਨਹੀਂ ਲੱਗਿਆ ਫਿਰ ਸਾਧ ਸੰਗਤ ਕਦੋਂ ਲੱਗੇਗਾ ਆਓ ਅੱਜ ਜਦੋਂ ਚਿੱਠੀ ਪੜ੍ਹੀ ਜੇ ਬੈਠਿਆਂ 'ਤੇ ਖੜ੍ਹਾ ਹੋ ਜਾ ਜੇ ਖੜ੍ਹਾ ਹੈ ਤਾਂ ਆ ਜਾ ਓਹੋ ਭੁੱਬਾਂ ਮਾਰ ਮਾਰ ਹੁਣ ਸਾਧ ਸੰਗਤ ਭੁੱਬਾਂ ਨਿਕਲ ਗਈਆਂ ਘਰ ਵਾਲੇ ਕਹਿੰਦੇ ਭਾਈ ਜੋਗਿਆ ਕੀ ਗੱਲ ਖੜ੍ਹਾ ਕਿਉਂ ਹੋ ਗਿਆ ਚਿੱਠੀ ਆਈ ਗੁਰੂ ਦੀ ਭਾਈ ਜੋਗਿਆ ਇੱਦਾਂ ਕਰ ਦੋ ਲਾਵਾਂ ਕਰਕੇ ਸੰਪੂਰਨ ਹੋ ਜਾਣਗੀਆਂ ਫਿਰ ਚੱਲ ਜੀ ਕਹਿੰਦਾ ਨਹੀਂ ਨਹੀਂ ਗੁਰੂ ਦਾ ਹੁਕਮ ਹੈ ਹੁਕਮ ਮੰਨੀਐ ਹੁਕਮ ਮੰਨੀਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਭਾਈ ਜੋਗਾ ਤੁਰ ਪਿਆ ਆ ਤੁਰਿਆ ਤੇ ਸਾਧ ਸੰਗਤ ਮਨ ਵਿੱਚ ਭਰੋਸਾ ਹੈ ਤੇ ਘਰਦੇ ਕਹਿੰਦੇ ਭਾਈ ਜੋਗਿਆ ਜੇ ਤੂੰ ਤੁਰ ਗਿਆ ਤੇ ਅਸੀਂ ਤੇਰੇ ਨਾਲ ਰਿਸ਼ਤਾ ਤੋੜ ਦੇਣਾ ਕਹਿੰਦੇ ਗੱਲ ਸੁਣੋ ਦੁਨੀਆਂ ਰੁੱਠ ਜੇ ਤੇ ਭਾਵੇਂ 100 ਵਾਰੀ ਰੁੱਠ ਜੇ ਪਰ ਮੇਰਾ ਕਲਗੀਧਰ ਪਾਤਸ਼ਾਹ ਨਾ ਰੁੱਠੇ ਆਖੋ ਸੱਚੇ ਹੇ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਤੂੰ ਨਾ ਰੁੱਠ ਜੀ ਆਖੋ ਸਤਨਾਮ ਮਾਫ ਕਰਨਾ ਭਾਈ ਜੋਗੇ ਦੇ ਮਨ ਵਿੱਚ ਗੁਰੂ ਵਾਸਤੇ ਪ੍ਰੇਮ ਹੈ ਪਰ ਸਾਡੇ ਮਨ ਵਿੱਚ ਵੀ ਪ੍ਰੇਮ ਹੈ ਭਾਈ ਜੋਗਾ ਕਹਿੰਦਾ ਭਾਈ ਦੁਨੀਆਂ ਰੁੱਠ ਜੇ ਤੇ ਭਾਵੇਂ ਰੁੱਸ ਜਾਵੇ ਪਰ ਮੇਰਾ ਕਲਗੀਧਰ ਪਾਤਸ਼ਾਹ ਨਾ ਰੁੱਠ ਜੇ ਤੁਰ ਪਿਆ ਰਸਤੇ ਦੇ ਵਿੱਚ ਸਾਧ ਸੰਗਤ ਹੰਕਾਰ ਆ ਗਿਆ ਕਿ ਮੇਰੇ ਵਰਗਾ ਤਾਂ ਸਿੱਖ ਕੋਈ ਹੈ ਹੀ ਨਹੀਂ
ਥੋੜਾ ਜਿਹਾ ਹੰਕਾਰ ਆਇਆ ਕੱਲ ਕੀ ਤਰਪਾਸ਼ਾ ਨੇ ਅੰਦਰੋਂ ਝਾਤੀ ਮਾਰ ਕੇ ਦੇਖ ਲਿਆ ਮੇਰੇ ਸਿੱਖ ਚ ਹੰਕਾਰ ਆ ਗਿਆ ਖੇਲ ਵਰਤਾਈ ਕਿਹੋ ਜੀ ਖੇਲ ਮਨ ਡੋਲ ਗਿਆ ਆਖੋ ਸਤਨਾਮ ਮਨ ਡੋਲ ਗਿਆ ਤੇ ਰਸਤੇ ਵਿੱਚ ਬੇਸਬਾ ਦਾ ਘਰ ਆ ਗਿਆ ਤੇ ਸਾਧ ਸੰਗਤ ਹੁਣ ਕਹਿੰਦਾ ਚਲੋ ਇੱਧਰ ਨੂੰ ਚੱਲਦੇ ਆ ਮਨ ਜਿਹੜਾ ਡੋਲ ਗਿਆ ਮਨ ਪਾਪਾਂ ਦੇ ਵੱਲ ਕਾਲ ਪੈ ਗਿਆ ਅੱਜ ਭਾਈ ਜੋਗਾ ਤੁਰ ਪਿਆ ਬੇਸਬਾ ਦੇ ਦੁਆਰੇ ਅੱਗੇ ਇੱਕ ਪਹਿਰੇਦਾਰ ਖੜਾ ਹੈ ਆਖੋ ਸਤਨਾਮ ਉਹ ਪਹਿਰੇਦਾਰ ਪੁੱਛਦਾ ਭਾਈ ਤੂੰ ਬਾਣਾ ਗੁਰੂ ਦਾ ਪਾਇਆ ਉੱਤੋਂ ਦੀ ਗਾਤਰਾ ਪਾਇਆ ਗੁਰੂ ਵਾਲਾ ਬਾਣਾ ਪਾਇਆ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ ਤੇ ਘੁੰਮਦਾ ਕਿੱਥੇ ਪਿਆ ਅੰਮ੍ਰਿਤ ਵੇਲਾ ਤੈਨੂੰ ਤੇ ਬਾਣੀ ਪੜ੍ਹਨੀ ਚਾਹੀਦੀ ਹੈ ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ ਏ ਵਾੜੇ ਫਿਰਦਾ ਬੇਸਵਾ ਦੇ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ ਵਾੜੇ ਫਿਰਦੇ ਬੇਸਵਾ ਦੇ ਬੋਲੋ ਵਾੜੇ ਫਿਰਦੇ ਓ ਵਾੜੇ ਫਿਰਦੇ ਵੇ ਵਾੜੇ ਫਿਰਦੇ ਬੇਸਵਾ ਦੇ ਧਾਰਨਾ ਪੜ ਕੇ ਰਸਨਾ ਪਵਿੱਤਰ ਕਰੋ ਸਾਰੇ ਵੇਲਾ ਤੇ ਗੁਰਾਂ ਦਾ ਬਾਣਾ ਵਾੜੇ ਫਿਰਦਾ ਬੇਸਵਾ ਦੇ ਵੇਲਾ ਤੇ ਗੁਰਾਂ ਦਾ ਬਾਣਾ ਵਾੜੇ ਫਿਰਦਾ ਬੇਸਵਾ ਦੇ ਵਾੜੇ ਫਿਰਦਾ ਬੇਸਵਾ ਦੇ ਓ ਵਾੜੇ ਫਿਰਦਾ ਵੇਲਾ ਤੇ ਬੋਲੋ ਸਾਰੀ ਸੰਗਤ ਅੱਜ ਭਾਈ ਜੋਗਾ ਗੱਲ ਸੁਣ ਕੇ ਹੈਰਾਨ ਰਹਿ ਗਿਆ ਭਾਈ ਤੂੰ ਕੌਣ ਹੈ ਮੇਰਾ ਨਾ ਪੁੱਛ ਮੈਂ ਤੇ ਪਹਿਰੇਦਾਰ ਹਾਂ ਤੁਰ ਪਿਆ ਭਾਈ ਜੋਗਾ ਠੋਕਰ ਵੱਜੀ ਜਦੋਂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਾਰ ਤੁਰ ਪਿਆ ਮਨ ਦੇ ਵਿੱਚ ਆ ਗਿਆ ਓਏ ਮਨਾ ਕਿੱਧਰ ਡੋਲ ਗਿਆ ਸੀ ਤੇਰਾ ਮਨ ਆ ਸਾਧ ਸੰਗਤ ਭਾਈ ਜੋਗਾ ਮਨ ਨੂੰ ਫਿਟਕਾਰਾ ਮਾਰਦਾ ਤੋ ਆਓ ਜਾ ਕੇ ਭਾਈ ਜੋਗਾ ਗੁਰੂ ਦੇ ਦਰਬਾਰ ਵਿੱਚ ਜਦੋਂ ਜਾ ਕੇ ਦੇਖਿਆ ਕਲਗੀਧਰ ਪਾਤਸ਼ਾਹ ਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਅੱਖਾਂ ਸਾਧ ਸੰਗਤ ਲਾਲ ਹੋਈਆਂ ਪਈਆਂ ਐਵੇਂ ਜਾਪਦਾ ਜਿਵੇਂ ਕਲਗੀਧਰ ਪਾਤਸ਼ਾਹ ਨੇ ਆਰਾਮ ਨਹੀਂ ਕੀਤਾ ਆਖੋ ਸਤਨਾਮ ਸੀਸ ਨਿਵਾਇਆ ਮਹਾਰਾਜ ਬਖਸ਼ ਲਓ ਉਸ ਵੇਲੇ ਕਲਗੀਧਰ ਪਾਤਸ਼ਾਹ ਤੂੰ ਸੁੱਤੇ ਨਹੀਂ ਮਹਾਰਾਜ ਕਹਿੰਦੇ ਭਾਈ ਜੋਗਿਆ ਕਈ ਸਿੱਖ ਐਸੇ ਜਿਹੜੇ ਰਾਤ ਨੂੰ ਵੀ ਮੈਨੂੰ ਸੌਣ ਨਹੀਂ ਦਿੰਦੇ ਭਾਈ ਜੋਗਾ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਮਹਾਰਾਜ ਬਖਸ਼ ਲਓ ਦਾਤਾ ਬਖਸ਼ਣਾਰ ਬਖਸ਼ੇ ਗੁਣਾਈਆਂ ਨੂੰ ਦਾਤਾ ਬਖਸ਼ਣਾਰ ਬਖਸ਼ੇ ਗੁਣਾਈਆਂ ਨੂੰ ਤੂੰ ਦਾਤਾ ਬਖਸ਼ਣ ਵਾਹਿਗੁਰੂ ਦਾਤਾ ਬਖਸ਼ਣਾਰ ਆਓ ਮਹਾਂਪੁਰਖ ਸਟੇਜ ਤੇ ਪਹੁੰਚ ਰਹੇ ਨੇ ਜਕਾਰਾ ਛੱਡੀਏ ਸਨਮਾਨ ਵਜੋਂ
ਸਾਧੂ ਆਉਂਦੇ ਨੇ ਪਰ ਉਪਕਾਰੀ ਦੁਨੀਆਂ ਦੇ ਤਾਰਨੇ ਲੋ। ਸਾਧੂ ਆਉਂਦੇ ਨੇ ਪਰ ਉਪਕਾਰੀ ਬਈ ਦੁਨੀਆਂ ਦੇ ਤਾਰਨੇ ਲੋ। ਦੁਨੀਆਂ ਦੇ ਤਾਰਨੇ ਲੋ, ਦੁਨੀਆਂ ਦੇ ਤਾਰ ਸਾਧੂ ਆਉਂਦੇ ਨੇ ਪਰ ਦੁਨੀਆਂ ਦੇ ਤਾਰਨੇ ਲੋ। ਆਉਂਦੇ ਨੇ ਪਰ ਪਕਾਰੀ ਦੁਨੀਆਂ ਦੇ ਤਾਰਨੇ ਲੋ, ਦੁਨੀਆਂ ਦੇ ਤਾਰਨੇ ਦੁਨੀਆਂ ਦੇ ਤਾਰਨੇ। ਜਨਮ ਮਰਨ ਦੋ ਮੈਂ ਨਹੀਂ, ਜਨ ਪਰ ਉਪਕਾਰੀ, ਜਨ ਪਰ ਉਪਕਾਰੀ ਜੀ ਦਾਨ ਦੇ ਭਗਤੀ ਲਾਇਨ ਹਰ ਚਿਉ ਲੈਣ, ਹਰ ਚਿਉ ਲੈਣ, ਹਰ ਚਿਉ ਲੈਣ ਭਾਈ ਜੋਗਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਢਹਿ ਗਿਆ। ਮਹਾਰਾਜ ਬਖਸ਼ ਲੋ। ਮਹਾਰਾਜ ਕਹਿੰਦੇ ਭਾਈ ਮੰਗ ਲੈ, ਕੀ ਮੰਗਣਾ? ਸੇਵਾ ਦਾ ਫਲ ਜੋ ਤੂੰ ਮੰਗਣਾ ਮੰਗ ਲੈ। ਤੂੰ ਬੜੀ ਸੇਵਾ ਕੀਤੀ, ਗੁਰੂ ਦੇ ਬਚਨ ਮੰਨੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ। ਆਓ ਆਪਾਂ ਵੀ ਗੁਰੂ ਵਾਲੇ ਬਣੀਏ, ਗੁਰੂ ਦੀ ਗੱਲ ਮੰਨੀਏ। ਜਿੱਥੋਂ ਮਹਾਰਾਜ ਮੋੜਦੇ ਨੇ ਉੱਥੋਂ ਅਸੀਂ ਮੁੜੀਏ, ਜਿੱਥੋਂ ਮਹਾਰਾਜ ਜੋੜਦੇ ਨੇ, ਜਿੱਥੇ ਜੋੜਦੇ ਨੇ ਉੱਥੇ ਅਸੀਂ ਜੁੜੀਏ। ਕਲਗੀਧਰ ਪਾਤਸ਼ਾਹ ਦੀ ਖੁਸ਼ੀਆਂ ਲੈਣੀਆਂ ਨੇ ਨਾ, ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਠੰਡੇ ਵਾਲਾ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਬੋਲੋ ਪਿਤਾ ਦਸ਼ ਖੰਡੇ ਵਾਲਾ ਸੰਗ ਤੇ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਸੰਗ ਤੇ ਇੱਕ ਕੁੱਟ, ਇੱਕ ਕੁੱਟ ਪੀਤੇ ਆ ਅੱਖਾਂ ਖੁੱਲ ਜਾਂਦੀਆਂ, ਅੱਖਾਂ ਖੁੱਲ ਜਾਂਦੀਆਂ, ਅੱਖਾਂ ਖੁੱਲ ਜਾਂਦੀਆਂ। ਪਤਾ ਨਹੀਂ ਬਾਟੇ ਵਿੱਚ ਕੀ
ਸੰਗ ਤੇ ਪਤਾ ਨਹੀਂ ਓ ਬਾਟ ਵਿੱਚ ਕੀ ਬੋਲੋ ਇੱਕ ਕੋਟ ਪਤਾ ਨਹੀਂ ਓ ਪਤਾ ਨਹੀਂ ਓ ਇੱਕ ਕੋਟ ਸੰਗ ਤੇ ਪਤਾ ਨਹੀਂ ਓ ਆਓ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜਿੱਥੋਂ ਦਾਸਾਂ ਨੇ ਧਾਰਨਾ ਤੋਂ ਜਿਹੜੀ ਧਾਰਨਾ ਤੋਂ ਸ਼ੁਰੂ ਕੀਤਾ ਸੀ ਉੱਥੇ ਜਾ ਕੇ ਸਮਾਪਤੀ ਕਰੀਏ ਸਾਰੇ ਹੀ ਢਹਿ ਕੇ ਇੱਕ ਵਾਰੀ ਅਰਦਾਸ ਕਰੋ ਮੇਰੀ ਨਮਸ਼ਕਾਰ ਬਾਜਾਂ ਵਾਲੇ ਨੂੰ ਧੰਨ ਬਾਜਾਂ ਵਾਲਿਆ ਚਰਨਾਂ ਤੇ ਸੀਸ ਰੱਖ ਮੇਰੀ ਨਮਸ਼ਕਾਰ ਪੁੱਤਰਾਂ ਦੇ ਦਾਨੀ ਨੂੰ ਚਰਨਾਂ ਤੇ ਸੀਸ ਰੱਖ ਕੇ ਨਮਸ਼ਕਾਰ ਵਾਜਾਂ ਵਾਲੇ ਨੇ ਚਰਨਾਂ ਤੇ ਸੀਸ ਰੱਖ ਕੇ ਚਰਨਾਂ ਤੇ ਸੀਸ ਰੱਖ ਸਤਿਗੁਰ ਦਾ ਤੇ ਕਾਜ ਰਚਾਇਆ ਆਪਣੀ ਮਿਹਰ ਕਰਾ ਆਪਣੀ ਮਿਹਰ ਕਰਾ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਇਹ ਉਸ ਦੀ ਵਡ ਇਹ ਉਸ ਦੀ ਵਡ ਆਓ ਇਤਨਾ ਸਮਾਂ ਕਰਿਓ ਪ੍ਰਵਾਨ ਦਾਸਾਂ ਤੋਂ ਬੋਲਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅੱਗੇ ਤੋਂ ਅਸੀਸਾਂ ਦੇਣੀਆਂ ਇਸੇ ਤਰ੍ਹਾਂ ਕੀਰਤਨ ਕਰਦੇ ਰਹੀਏ ਆਓ ਹੁਣ ਆਪ ਜੀ ਨੂੰ ਮਹਾਂਪੁਰਖ ਜਿਨ੍ਹਾਂ ਮਹਾਂਪੁਰਖਾਂ ਦਾ ਸਮਾਂ ਖੁੱਲ੍ਹਾ ਹੈ ਜਿਨ੍ਹਾਂ ਸੰਗਤਾਂ ਨੂੰ ਸਾਧ ਸੰਗ ਗੁਰੂ ਨਾਲ ਜੋੜਨ ਉਹਨਾਂ ਦੀ ਮੌਜ ਹੈ ਆਓ ਇੱਕ ਸਾਧ ਸੰਗ ਜਕਾਰੇ ਦੇ ਨਾਲ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਕਿ ਉਹ ਕੀਰਤਨ ਸ਼ੁਰੂ ਕਰਨ ਬੋਲੇ ਸੋ ਨਿਹਾਲੇ